इंग्लिश वुमेन की सोचਦੇ ਹੋ ਇਸ ਟਾਈਮ ਇੰਡਸਟਰੀ ਕਿੱਥੇ ਖੜੀ ਹੈ ਔਰ ਕਿਸ ਤਰੀਕੇ ਦੇ ਨਾਲ ਕੁੜੀਆਂ ਨੂੰ ਹੋਰ سپورਟ ਮਿਲਨੀ ਚਾਹੀਦੀ ਹੈ ਕਿਉਂਕਿ ਸਮਵੇਅਰ ਹਜੇ ਵੀ ਕੰਪੈਰੀசன் ਹੈਗਾ ਕਿ ਮੁੰਡੇ ਔਰ ਕੁੜੀ ਦੀ ਜਿਹੜੀ ਸਕਸੈਸ ਲਾਈਨ ਹੈ ਉਹ ਪੈਰਲਲ ਨਹੀਂ ਹੈਗੀ ਤੁਸੀਂ ਐਗਰੀ ਕਰਦੇ ਹੋ ਮੈਨੂੰ ਲੱਗਦਾ ਕਿ ਹੁਣ ਤਾਂ ਬਹੁਤ ਜ਼ਿਆਦਾ ਫਰਕ ਆ ਗਿਆ ਹੈ ਹੈਨਾ ਬਹੁਤ ਜ਼ਿਆਦਾ ਓਪਰਚ्युनिटीज ਹੈਗੀਆਂ ਕੁੜੀਆਂ ਕਰ ਰਹੀਆਂ ਬਹੁਤ ਜ਼ਿਆਦਾ ਅੱਛਾ ਕੰਮ ਕਰ ਰਹੀਆਂ ਔਰ ਫੀਮੇਲ ਓਰੀਐਂਟਿਡ ਫਿਲਮਸ ਬਣ ਰਹੀਆਂ ਔਰ ਮੈਂ ਹਮੇਸ਼ਾ ਪ੍ਰੇਫਰ ਵੀ ਕਰਦੀ ਆ ਕਿ ਮੇਰੀ ਟੀਮ 'ਚ ਕੁੜੀਆਂ ਹੋਣ ਦੇ ਕੰਮ ਕਰਦੇ ਆ ਬਟ ਜੋ ਕੁੜੀਆਂ ਕਰਦੀਆਂ ਨੇ ਉਹ ਚਾਹੇ ਉਹ ਇਟਸ ਲਾਈਕ ਅ ਜਿਵੇਂ ਤੁਹਾਡੀਆਂ ਧੀਆ ਵਾਂਗੂ ਕੰਮ ਕਰਨ ਲੱਗ ਪੈਂਦੇ ਆ ਤੁਹਾਨੂੰ ਇਹ ਲੱਗਣ ਲੱਗ ਪੈਂਦਾ ਕਿ ਤੁਹਾਡੇ ਬੱਚੇ ਐ ਤੁਹਾਡੇ ਨਾਲ ਬੈਠੇ ਆ ਤੁਹਾਡਾ ਕੰਮ ਕਰ ਰਹੇ ਆ ਔਰ ਕਿਤੇ ਵੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਐ ਹਮੇਸ਼ਾ ਕਿ ਕਿ ਖੂਬਸੂਰਤੀ ਤੁਹਾਡੇ ਮਨ ਦੇ ਅੰਦਰ ਤੁਹਾਡੇ ਦਿਲ ਦੇ ਅੰਦਰ ਹੁੰਦੀ ਐ ਅਗਰ ਤੁਸੀਂ ਤੁਹਾਡਾ ਮਨ ਔਰ ਦਿਲ ਖੂਬਸੂਰਤ ਐ ਤੇ ਤੁਹਾਡੇ ਚਿਹਰੇ ਤੇ ਤੇ ਆਪਣੇ ਆਪ ਹੀ ਆ ਜਾਏਗੀ ਬਾਦਰ ਸਾਹਿਬ ਬਹੁਤ ਇਸ ਚੀਜ਼ ਨੂੰ ਲੈ ਕੇ ਉਸੀ ਕੇ ਲਾਈਕ ਹੀ ਵਾਸ ਵੈਰੀ ਡਿਟਰਮਿੰਡ ਕਿ ਨਹੀਂ ਪਹਿਲਾਂ ਤੁਸੀਂ ਆਪਣਾ ਕੰਮ ਕਰੋਗੇ ਔਰ ਤੁਸੀਂ ਆਪਣੇ ਪੈਰਾਂ ਤੇ ਖੜੇ ਹੋਵੋਗੇ ਦੈਨ ਯੂ ਵਿਲ ਗੈਟ ਮੈਰਿਡ ਉਹਨਾਂ ਨੇ ਪਹਿਲਾਂ ਇਹੀ ਸੰਦੇਸ਼ ਦਿੱਤਾ ਸੀਗਾ ਔਰ ਮੈਨੂੰ ਇੰਨਾ ਫਰੀडम ਮਿਲਿਆ ਮੈਂ ਬਹੁਤ ਲੇਟ ਲੇਟ ਨਾਈਟ ਵੀ ਕੰਮ ਕੀਤੇ ਆ ਆਪਣੇ ਆਪਣਾ profession ਇਦਾਂ ਦਾ ਆਪਣੀ ਇੰਡਸਟਰੀ ਇਦਾਂ ਦੀ ਹੈ ਜਿਹਦਾ ਕੋਈ ਟਾਈਮਿੰਗਸ ਨਹੀਂ ਹੈ ਕੰਮ ਕਰਨ ਦੇ ਕੋਈ ਲਿਮਿਟ ਨਹੀਂ ਹੈ ਰਾਤ ਦੇ 2 2 ਵਜੇ ਵੀ ਅਸੀਂ ਫਰੀ ਹੁੰਨੇ ਆ 3 ਵਜੇ ਵੀ ਫਰੀ ਹੁੰਨੇ ਆ ਤੇ ਨੈਵਰ ਆਸਕ ਮੀ ਕਿ ਤੁਸੀਂ ਇੰਨੀ ਲੇਟ ਕਿਉਂ ਆਏ ਹੋ ਕਦੋਂ ਆਏ ਕੰਮ ਕਰਦੇ ਕਰਦੇ ਕਈ ਮੇਰੀ ਗਲਤੀਆਂ ਵੀ ਹੁੰਦੀਆਂ ਆ ਇਨਸਾਨ ਹੈਗੇ ਆ ਔਰ ਉਸ ਗਲਤੀਆਂ ਤੋਂ ਸਿੱਖਦੇ ਵੀ ਹੈਗੇ ਆ ਔਰ ਫੈਮਿਲੀ ਸਭ ਤੋਂ ਵੱਡੀ ਤੁਹਾਡੀ ਸਪੋਰਟ ਵੀ ਕਰਦੀ ਹੈ ਤੇ ਸਭ ਤੋਂ ਵੱਡੀ ਕ੍ਰਿਟੀਸਾਈਜ਼ ਵੀ ਫੈਮਿਲੀ ਹੀ ਕਰਦੀ ਸਭ ਤੋਂ ਜ਼ਿਆਦਾ ਔਰਿਆ ਮੁੰਡੇ ਬਰਾਬਰ ਹੁੰਦੇ ਨੇ ਵੈਸੇ ਤੇ ਇਸ ਗੱਲ 'ਚ ਹਜੇ ਵੀ ਕਿਤੇ ਨਾ ਕਿਤੇ ਬਹੁਤ ਸਾਰੀਆਂ ਕਨਫਿਊਜ਼ਨਸ ਨੇ ਲੇਕਿਨ ਬਾਵਜੂਦ ਇਸ ਦੇ ਕੁੜੀਆਂ ਨੇ ਹਰ ਸਫੀਅਰ ਹਰ ਫੀਲਡ ਦੇ ਵਿੱਚ ਇਸ ਚੀਜ਼ ਨੂੰ ਪ੍ਰੂਫ ਕੀਤਾ ਹੈ ਕਿ ਕੁੜੀਆਂ ਹਮੇਸ਼ਾ ਮੁੰਡਿਆਂ ਤੋਂ ਵੱਧ ਚੜ ਕੇ ਹੀ ਕੰਮ ਕਰਦੀਆਂ ਨੇ ਤੇ ਉਹਨਾਂ ਦਾ ਕੀਤਾ ਹੋਇਆ ਕੰਮ ਦਾ ਜਿਹੜਾ ਰਿਜ਼ਲਟ ਹੈ ਉਹ ਵੀ 100% ਹੁੰਦਾ ਹੈ। ਵੈਲ ਮੈਂ ਖੁਦ ਮੀਡੀਆ ਦਾ ਪਾਰਟ ਆਂ ਔਰ ਅੱਜ ਸਾਡੇ ਨਾਲ ਜਿਹੜੇ ਖਾਸ ਨੇ ਸਪੈਸ਼ਲ ਮੁਲਾਕਾਤ ਅਸੀਂ ਤੁਹਾਡੇ ਨਾਲ ਉਹਨਾਂ ਦੀ ਕਰਵਾਉਣ ਜਾ ਰਹੇ ਆ ਐਂਡ ਦਾ ਰੀਜ਼ਨ ਬਿਹਾਈਂਡ ਇਟ ਕਿ ਉਹਨਾਂ ਨੇ ਬੀਇੰਗ ਅ ਵੂਮਨ ਹਮੇਸ਼ਾ ਵੂਮਨ ਇੰਪਾਵਰਮੈਂਟ ਨੂੰ ਬਹੁਤ ਸਪੋਰਟ ਕੀਤਾ ਹੈ ਪ੍ਰਮੋਟ ਕੀਤਾ ਹੈ ਔਰ ਆਮ ਸ਼ੋਰ ਜਦੋਂ ਮੈਂ ਤੁਹਾਨੂੰ ਉਹਨਾਂ ਨਾਲ ਮਿਲਵਾਵਾਂਗੀ ਤੇ ਮੈਨੂੰ ਬਹੁਤ ਲੰਬੀ ਇੰਟਰੋਡਕਸ਼ਨ ਦੇਣ ਦੀ ਜ਼ਰੂਰਤ ਨਹੀਂ ਪੈਗੀ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਸ਼ੀ ਇ ਸਸ਼੍ਰੀਕਾਲ ਸਸੀ ਕਾਪਾ ਮੈਨ ਜੀ ਕੀ ਹਾਲ ਚਾਲ ਸੋ ਮੈਂ ਬਿਲਕੁਲ ਵਧੀਆ ਪ੍ਰਭਜੋਤ ਮੈਮ ਪਰਿੰਦੇ ਨੂੰ ਬਹੁਤ ਅੱਛੇ ਤਰੀਕੇ ਦਾ ਨਾਲ ਸਟੈਂਡ ਕੀਤਾ ਇਹਨਾਂ ਨੇ ਮੀਡੀਆ ਲਾਈਨ ਦੇ ਵਿੱਚ ਇੰਡਸਟਰੀ ਦੇ ਇਹ ਜੀ ਇਹ ਹੈਗੇ ਨੇ ਪ੍ਰਭਜੋਤ ਮੈਮ ਜਿਨ੍ਹਾਂ ਨੂੰ ਫੇਸ ਦੇਖ ਕੇ ਪਤਾ ਲੱਗ ਗਿਆ ਲੇਕਿਨ ਫਿਰ ਵੀ ਸਮ ਹਾਉ ਕਨਫਿਊਜ਼ਨ ਹੈ ਜੀ ਬਿਲਕੁਲ ਇਹ ਪ੍ਰਭਜੋਤ ਮੈਮ ਨੇ ਪਰਿੰਦੇ ਨੂੰ ਬਹੁਤ ਖੂਬਸੂਰਤੀ ਦੇ ਨਾਲ ਇਹਨਾਂ ਨੇ ਮੀਡੀਆ ਲਾਈਨ ਦੇ ਵਿੱਚ ਸਟੈਂਡ ਕੀਤਾ ਹੈ ਔਰ ਉਸ ਦੇ ਜ਼ਰੀਏ ਹੁਣ ਕਿਸ ਤਰ੍ਹਾਂ ਇਹ ਵਿਮਨਸ ਨੂੰ ਐਕਟ੍ਰੀਸਿਸ ਨੂੰ ਐਂਡ ਹੋਲ ਇੰਡਸਟਰੀ ਨੂੰ ਸਪੋਰਟ ਕਰ ਰਹੇ ਨੇ ਹਾਈਲਾਈਟ ਕਰ ਰਹੇ ਨੇ ਪ੍ਰੋਮੋਟ ਕਰ ਰਹੇ ਨੇ ਇਹ ਬਹੁਤ ਅੱਛਾ ਐ ਸਾਰਿਆਂ ਦੇ ਵਾਸਤੇ ਕਿਉਂਕਿ ਇੰਡਸਟਰੀ ਦਾ ਪੱਧਰ ਉੱਚਾ ਕਰਨ ਦੇ ਪਿੱਛੇ ਕਿਤੇ ਨਾ ਕਿਤੇ ਟੀਮ ਵਰਕ ਹੁੰਦਾ ਹੈ ਔਰ ਉਹ ਟੀਮ ਇਨਾਂ ਦੀ ਬਹੁਤ ਹੀ ਬਖੂਬੂਰਤੀ ਨਾਲ ਕੰਮ ਕਰਦੀ ਹੈ ਔਰ ਉਹ ਟੀਮ ਖੂਬਸੂਰਤੀ ਦੇ ਨਾਲ ਕੰਮ ਕਰਦੀ ਹੈ ਥੈਂਕ ਯੂ ਕਮੈਨੀ ਜੀ ਥੈਂਕ ਯੂ ਸੋ ਨਾਈਸ ਆਫ ਯੂ ਤੁਸੀਂ ਇੰਨਾ ਸੀ ਕੀਤਾ ਨਹੀਂ ਜਿੰਨਾ ਤੁਸੀਂ ਮੈਨੂੰ ਵੱਡਾ ਮਾਨ ਦਿੱਤਾ ਹੈਗਾ ਬਟ ਯੈਸ ਸਟਿਲ ਆਮ ਟ੍ਰਾਈਂਗ ਮੈਂ ਬਹੁਤ ਕੋਸ਼ਿਸ਼ ਕਰ ਰਹੀ ਹਾਂ ਕਿ ਕੁਝ ਅੱਛਾ ਕਰਦੇ ਰਹੀਏ ਔਰ ਸਪੈਸ਼ਲੀ ਮੈਨੂੰ ਆਪਣੀ ਟੀਮ ਚ ਹਮੇਸ਼ਾ ਹੀ ਵਧੀਆ ਲੱਗਿਆ ਕਿ ਕੁੜੀਆਂ ਸੀਗੀਆਂ ਮੇਰੀ ਟੀਮ ਚ ਔਰ ਮੈਂ ਹਮੇਸ਼ਾ ਪ੍ਰੀਫਰ ਵੀ ਕਰਦੀ ਹਾਂ ਕਿ ਮ ਦੇ ਕੰਮ ਕਰਦੇ ਆ ਬਟ ਜੋ ਕੁੜੀਆਂ ਕਰਦੀਆਂ ਨੇ ਉਹ ਚਾਹੇ ਉਹ ਇਟਸ ਲਾਈਕ ਅ ਤੁਹਾਡੀਆਂ ਧੀਆ ਵਾਂਗੂ ਕੰਮ ਕਰਨ ਲੱਗ ਪੈਂਦੇ ਆ ਤੁਹਾਨੂੰ ਇਹ ਲੱਗਣ ਲੱਗ ਪੈਂਦਾ ਕਿ ਤੁਹਾਡੇ ਬੱਚੇ ਆ ਤੁਹਾਡੇ ਨਾਲ ਬੈਠੇ ਆ ਤੁਹਾਡਾ ਕੰਮ ਕਰ ਰਹੇ ਆ ਔਰ ਕਿਤੇ ਵੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਤੇ ਯੈਸ ਆਈ ਆਲਵੇਸ ਫੀਲ ਪ੍ਰਾਊਡ ਟੂ ਵੀ ਅ ਬੋਸ ਆਫ ਯਾ ਮੈਂ ਬੋਲ ਸਕਦੀ ਹਾਂ ਟੀਮ ਲੀਡਰ ਆਫ ਅ ਫੀਮੇਲ ਟੀਮ ਹੈਨਾ ਔਰ ਮੇਰੇ ਨਾਲ ਹਮੇਸ਼ਾ ਹੀ ਕੁੜੀਆਂ ਔਰ ਜਿੰਨੇ ਵੀ ਕੰਮ ਕੀਤੇ ਹੈ ਉਹ ਫੀਮੇਲ ਜਿਆਦਾ ਨਹੀਂ ਹੈ ਮੇਰੇ ਨਾਲ ਚਾਹੇ ਉਹ ਜਸਪ੍ਰੀਤ ਹੈ ਗगन ਨਨ ਬਹੁਤ سارے ਸ਼੍ਰੀਆ ਸੀ ਦੀਪਿਕਾ ਸੀ ਮਤਲਬ ਮੈਨੂੰ ਹਮੇਸ਼ਾ ਔਰ ਹਮੇਸ਼ਾ ਬਲੀਵ ਰਹਿ ਗਿਆ ਹਾਂ ਜੇ ਮੇਰੇ ਨਾਲ ਕੁੜੀਆਂ ਹੈਗੀਆਂ ਤੇ ਮੇਰਾ ਕੰਮ ਬਹੁਤ ਵਧੀਆ ਹੋਊਗਾ ਤੇ ਅੱਜ ਆਪਾਂ ਇੰਟਰਵਿਊ ਕਰ ਰਿਹਾ ਐਨੇ ਸੋਹਣੇ ਤੁਸੀਂ ਵੈਸੇ ਲੱਗਦੇ ਹੀ ਹੋ ਲੇਕਿਨ ਅੱਜ ਕੁਝ ਖਾਸ ਵਕਤ ਨੇ ਕੀਤਾ ਹੈ ਹਸੀਨ ਸਿਤਮ ਟਾਈਪ ਵੈਸੇ ਤਾਂ ਤੁਸੀਂ ਮੈਨੂੰ ਸਰਪ੍ਰਾਈਜ਼ ਦਿੱਤਾ ਹੈਗਾ ਆ ਕੇ ਔਰ ਆਈ ਫੀਲ ਪ੍ਰਾਊਡ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਤੁਸੀਂ ਮੈਨੂੰ ਮੈਨੂੰ ਇਸ ਲਾਈਕ ਸਮਝਿਆ ਕਿ ਮੈਂ ਤੁਹਾਡੇ ਇਸ ਮਾਧਿਅਮ ਰਾਹੀਂ ਗੱਲ ਕਰ ਸਕਾਂ ਔਰ ਬਾਕੀ ਯੈਸ ਜਦੋਂ ਗੱਲ ਆ ਜਾਏ ਸੋਹਣੇ ਹੋਣ ਲਈ ਤਾਂ ਫਿਰ ਲੱਗਦਾ ਹੈ ਕਿ ਚਲੋ ਕਿਤੇ ਨਾ ਕਿਤੇ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਹਮੇਸ਼ਾ ਕਿਉਂਕਿ ਖੂਬਸੂਰਤੀ ਤੁਹਾਡੇ ਮਨ ਦੇ ਅੰਦਰ ਤੁਹਾਡੇ ਦਿਲ ਦੇ ਅੰਦਰ ਹੁੰਦੀ ਹੈ ਅਗਰ ਤੁਸੀਂ ਤੁਹਾਡਾ ਮਨ ਔਰ ਦਿਲ ਖੂਬਸੂਰਤ ਹੈ ਤੇ ਤੁਹਾਡੇ ਚਿਹਰੇ ਤੇ ਤੇ ਆਪਣੇ ਆਪ ਹੀ ਆ ਜਾਏਗੀ ਮੈਮ ਖੂਬਸੂਰਤੀ ਦੇ ਜੇਕਰ ਆਪਾਂ ਓਵਰਆਲ ਗੱਲ ਕਰੀਏ ਤੇ ਤੁਸੀਂ ਵਾਕਿਆ ਦੇ ਵਿੱਚ ਬਿੰਗਾ ਵਿਮਨ ਇੱਕ ਬਹੁਤ ਅੱਛਾ ਐਗਜ਼ਾਮਪਲ ਹੋ ਸਾਡੀ ਇੰਡਸਟਰੀ ਦੇ ਵਿੱਚ ਤੁਹਾਡਾ ਕੰਮ ਕਰਨ ਦਾ ਤਰੀਕਾ ਤੁਹਾਡਾ ਇੰਡਸਟਰੀ ਨੂੰ ਅੱਗੇ ਲੈ ਕੇ ਜਾਣ ਦੇ ਆਈਡੀਆਜ਼ ਔਰ ਜਿਹੜੇ ਵੀ ਤਰੀਕੇ ਅਸੀਂ ਵੇਖਦੇ ਆ ਉਹ ਵਾਕਿਆ ਦੇ ਵਿੱਚ ਤੁਹਾਨੂੰ ਦੇਖ ਕੇ ਬਹੁਤ ਪ੍ਰਾਊਡ ਫੀਲ ਹੁੰਦਾ ਔਰ ਇਨ ਫੈਕਟ ਹਰ ਕੁੜੀ ਨੂੰ ਮੈਨੂੰ ਲੱਗਦਾ ਇੱਕ ਇਨਸਪੀਰੇਸ਼ਨ ਮਿਲਦੀ ਹੋएगी ਤੁਹਾ ਕੀਤਾ ਕਿਥੋਂ ਆਈਡੀਆ ਆਇਆ ਕਿ ਹਾਂਜੀ ਹੁਣ ਮੈਂ ਇਹ ਜ਼ਿੰਮੇਵਾਰੀ ਸਾਂਭਣੀ ਹੈ ਤੇ ਇਹਨੂੰ ਨਿਭਾਉਣਾ ਹੈ ਆ ਇਹ ਵੀ ਇੱਕ ਮੇਰੀ ਲਾਈਫ ਦਾ ਟਵਿਸਟ ਹੀ ਕਹਿ ਸਕਦੇ ਹੋ ਤੁਸੀਂ ਬਿਕਾਜ਼ ਆਈ ਵਾਸ ਅ ਬੈਂਕਰ ਆਈ ਵਰਕਡ ਵਿਦ ਅ ਬੈਂਕ ਪ੍ਰਾਈਵੇਟ ਬੈਂਕ ਫਾਰ 12 ইয়ার্স ਮੈਂ 2001 ਤੋਂ ਜੋ ਸ਼ੁਰੂ ਕੀਤਾ ਸੀ 2012 ਤੱਕ ਮੈਂ ਜੌਬ ਕੀਤੀ ਉਸੇ ਦੌਰਾਨ ਮੇਰੇ ਦੋਨੋਂ ਕਿਡਜ਼ ਜੀ ਹੋਏ ਹਨ फिर कम करते करते मेरे हसबेंड uh, थोड़ा जहा हा श्योरली ही वॉज ए क्रिएटिव परसन तो मैनू भी सी कि मतलब मैं कम कर रही है तो कहते कि तू अगर बोर हो चुकी है इस चीज़ तो, तो कुछ नवा करना चाहेंगी मैं क्या नहीं 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 आई एम वेरी मच हैप्पी है ना दैन ऑल ऑफ सडन ही सेड कि इट्स ऑल योर चॉइस इफ यू वॉन्ट टू बी आई मैन लगे कि मैनू अगर मौका मिल रहा है तो आई शुड गिव अ सेकेंड चांस टू माई सेल्फ है ना ਔਰ ਵਸੇ ਮੈਂ ਕਦੇ ਪੀਆਰ ਔਰ ਇਵੈਂਟਸ ਲਈ ਨਹੀਂ ਸੋਚਿਆ ਸੀ ਇਵੈਂਚੁਅਲੀ ਅ ਕੁਝ ਫਿਲਮ ਮੇਕਿੰਗ ਹੋ ਰਹੀ ਸੀ ਕਿ ਤੇ ਉਦੇ ਤੇ ਮੈਂ ਐਜ਼ ਅ ਐਸੋਸੀਏਟ ਪ੍ਰੋਡਿਊਸਰ ਔਰ ਐਜ਼ ਅ ਸਪੋਰਟ ਟੀਮ ਸੀਗੀ ਉਹਨਾਂ ਨਾਲ ਤੇ ਮੈਨੂੰ ਉਦੋਂ ਉਸ ਦੌਰਾਨ ਕਾਫੀ ਕੁਝ ਸਿੱਖਣ ਨੂੰ ਮਿਲਿਆ ਔਰ ਮੈਨੂੰ ਬਹੁਤ ਅੱਛੀ ਸਪੋਰਟ ਇੰਡਸਟਰੀ ਤੋਂ ਵੀ ਮਿਲੀ ਸੰਦੀਪ ਬਾਂਸਲ ਸਰ ਸੀਗੇ ਉਹਨਾਂ ਨੇ ਵੀ ਬਹੁਤ ਸਪੋਰਟ ਕੀਤਾ ਮੈਨੂੰ ਔਰ ਫਿਰ ਆਲ ਆਫ ਮਤਲਬ ਸਾਨੂੰ ਅੱਧੇ ਕਰਦੇ ਕਰਦੇ ਇੱਕ ਸਾਡੀ ਆਪਣਾ ਇੱਕ ਆਫਿਸ ਸੀਗਾ ਤੇ ਉੱਥੇ ਸਾਡੀ ਟੀਮ ਮੈਂਬਰ ਸੀਗੇ ਉਹ ਕਹਿੰਦੇ ਕਿ ਆਪਾਂ ਕੁਝ ਇਸ ਤਰੀਕੇ ਦੀ ਵੀ ਐਕਟੀਵਿਟੀਜ਼ ਕਰ ਸਕਦੇ ਆ ਮੀਨ ਵਾਈਲ ਹੈ ਨਾ ਤੇ ਫਿਰ ਸਲੋਲੀ ਐਂਗਰੇਜੂਲੀ ਅਸੀਂ ਇਸ ਪੀਆਰ ਵਾਲੇ ਫੀਲਡ ਚ ਆਏ ਤੇ ਥੈਂਕਫੁਲੀ ਮਿਸਟਰ ਮਿਸਿਸ 420 ਮੇਰੀ ਫਰਸਟ ਫਿਲਮ ਸੀਗੀ ਔਰ ਮੈਂ ਆਲਵੇਜ਼ ਥੈਂਕਸ ਕਰਦੀ ਆ ਰੁਪਾਲੀ ਗੁਪਤਾ मैम ਦਾ ਫਰਾਈਡੇ ਰਾਜ ਦੇ ਪ੍ਰੋਡਿਊਸਰ ਨੇ ਦੀਪਕ ਸਰ ਦਾ ਕਿ ਉਹਨਾਂ ਨੇ ਮੈਨੂੰ ਮੇਰੇ ਤੇ ਬਲੀਵ ਕੀਤਾ ਉਸ ਟਾਈਮ ਜਸਸੀ ਗਿੱਲ ਬੱਬਲ ਰਾਏ ਸਰ ਉਹਨਾਂ ਦੀ ਸਭ ਤੋਂ ਪਹਿਲੀ ਪਹਿਲੀ ਫਿਲਮ ਸੀਗੀ ਉਹਨਾਂ ਨੇ ਵੀ ਸਾਡੇ ਤੇ ٹرسٹ ਕੀਤਾ ਕਿ ਕਿਉਂਕਿ ਬਿਕੋਜ਼ ਦੋਸੇ ਇੰਨਾ ਵੱਡਾ ਪ੍ਰੋਜੈਕਟ ਨੂੰ ਕਿਸੇ ਨਿਊ ਕਮਰ ਨੂੰ ਦੇਣੇ ਹੋ ਉਹਦੇ ਲਈ ਬਹੁਤ ਵੱਡਾ ٹرسٹ ਦੀ ਲੋਡ ਹੁੰਦੀ ਹੈ ਬਟ ਯੈਸ ਉਹਨਾਂ ਨੇ ਮੈਨੂੰ ਉਸ ਚੀਜ਼ ਲਈ ਸਪੋਰਟ ਕੀਤਾ ਐਂਡ ਸਲੋਲੀ ਐਂਡ ਗ੍ਰੈਜੂਲੀ ਚੀਜ਼ਾਂ ਚਲਦੀਆਂ ਚੱਲিয়ে ਗਈਆਂ ਬਟ ਉਹ ਫਿਲਮ ਬਹੁਤ ਹੀ ਵਧੀਆ ਰਿਸਪੌਂਸ ਉਸ ਨੂੰ ਮਿਲਿਆ ਸੀਗਾ ਐਂਡ ਮੈਨੂੰ ਲੱਗਦਾ ਹੈ ਕਿ વાਕਿਤੇ ਵਿੱਚ ਕਿਸੇ ਇੱਕ ਬੰਦੇ ਨੂੰ ਲੈ ਕੇ ਕਦੀ ਸਕਸੈਸ ਨਹੀਂ ਮਿਲਦੀ ਇਟਸ 올 ਅਬਾਊਟ ਟੀਮ ਵਰਕ ਐਂਡ વાਕਿਦੇ ਵਿੱਚ ਇੰਡਸਟਰੀ ਬਹੁਤ ਪ੍ਰਾਊਡ ਫੀਲ ਕਰਦੀ ਹੈ ਤੁਹਾਡੇ ਨਾਲ ਕੰਮ ਕਰਕੇ ਔਰ ਇਸੇ ਲਈ ਤੁਸੀਂ ਬੈਕ ਟੂ ਬੈਕ ਦੇਖਦੇ ਹਾਂ ਤੁਸੀਂ ਇਵੈਂਟਸ ਕਰਵਾਉਂਦੇ ਰਹਿੰਦੇ ਹੋ ਅੱਛਾ ਸਪੋਰਟ ਤੁਹਾਨੂੰ ਬਹੁਤ ਮਿਲਿਆ ਬਟ ਹੁੰਦਾ ਨਾ ਕਿ ਕੁੜੀਆਂ ਨੂੰ ਟੋਕੀਆ ਜ਼ਰੂਰ ਜਾਂਦਾ ਹੈ ਨਹੀਂ ਨਹੀਂ ਇਹ ਤੇਰੇ ਵੱਸ ਦਾ ਨਹੀਂ ਹੈਗਾ ਇਹ ਨਹੀਂ ਇਹਦੇ ਕੋਲ ਕਿੱਥੇ ਹੋਣਾ ਹੈ ਇਹ ਤੇ ਨਹੀਂ ਨਹੀਂ ਕੁੜੀਆਂ ਕਿੱਥੇ ਕਰ ਸਕਦੀਆਂ ਮੁੰਡੇ ਲਾ ਲਓ ਜਾਂ ਫਿਰ ਉਹਦਾ ਸਪੋਰਟ ਲੈ ਲਓ ਇਦਾਂ ਇਦਾਂ ਦੀਆਂ ਚੀਜ਼ਾਂ ਤੇ ਆਮ ਸ਼ੋਰ ਹੋਇਆ ਹੋਣੀ ਹੈ ਨਹੀਂ ਐਕਚੁਅਲੀ ਅ ਸ਼ਾਇਦ ਕਮ ਸ਼ੁਰੂ ਤੋਂ ਹੀ ਕਹ ਰਹੀ ਸੀ ਕਿਉਂਕਿ ਬਿਕੋਜ਼ ਮੇਰੇ ਫਾਦਰ ਸਾਹਿਬ ਬਹੁਤ ਇਸ ਚੀਜ਼ ਨੂੰ ਲੈ ਕੇ ਉਸੀ ਕੇ ਲਾਈਕ ਹੀ ਵਾਸ ਵੈਰੀ ਡਿਟਰਮਿੰਡ ਕਿ ਨਹੀਂ ਪਹਿਲਾਂ ਤੁਸੀਂ ਆਪਣਾ ਕੰਮ ਕਰੋਗੇ ਔਰ ਤੁਸੀਂ ਆਪਣੇ ਪੈਰਾਂ ਤੇ ਖੜੇ ਹੋਵੋਗੇ देन ਯੂ ਵਿਲ ਗੈਟ ਮੈਰਿਡ ਉਹਨਾਂ ਨੇ ਪਹਿਲਾਂ ਇਹੀ ਸੰਦੇ ਤੇ ਕਹਤਾ ਸੀਗਾ ਤੇ ਫੋਰਚੂਨੇਟਲੀ અનਫੋਰਚੂਨੇਟ ਕਹ ਲਓ ਮੇਰੇ ਜ ਵੀ ਥੋੜਾ ਲੇਟ ਹੀ ਹੋਈ ਇਸ ਚੀਜ਼ ਲਈ ਬਟ ਹੀ ਵਾਸ ਆਲਵੇਸ ਇਨ ਮਾਈਂਡ ਕਿ ਤੁਸੀਂ ਆਪਣਾ ਸੈਲਫ ਇੰਡੀਪੈਂਡੈਂਟ ਹੋਵੋਗੇ ਤੋਂ ਸੋ ਆਈ ਵਾਸ ਵਰਕਿੰਗ ਵੈਨ ਆਈ ਗੈਟ ਮੈਰਿਡ ਔਰ ਫਿਰ ਉਸ ਤੋਂ ਬਾਅਦ ਕਹਿੰਦੇ ਨਾ ਕਿ ਤੁਹਾਡੇ ਕੋਲ ਰੱਬ ਦੀਆਂ ਬਲੇਸਿੰਗਸ ਹੁੰਦੀਆਂ ਤੇ ਫੋਰਚੂਨੇਟਲੀ ਮੈਨੂੰ ਫੈਮਿਲੀ ਅੱਗੋਂ ਵੀ ਬਹੁਤ ਅੱਛੀ ਮਿਲ ਗਈ ਮੇਰੇ ਲੌਜ਼ ਇੰਨੇ ਅੱਛੇ ਹੈ ਮੇਰੇ ਮਦਰ ਇਨ ਲਾ ਮੇਰੀ ਸਿਸਟਰ ਇਨ ਲਾ ਮਤਲਬ ਸਟਿਲ ਆਈ ਮਤਲਬ ਅਗਰ ਮੈਂ ਕੁਝ ਵੀ ਕਰ ਰਹੀ ਹਾਂ ਚਲੋ ਹਸਬੰਡ ਦਾ ਤੁਹਾਨੂੰ ਸਪੋਰਟ ਕਰਦੇ ਹੀ ਹੈ ਆਈ ਆਲਵੇਸ ਥੈਂਕਸ ਟੂ ਹਿਮ ਬਟ ਜਦੋਂ ਤੁਹਾਡੇ ਪਿੱਛੋਂ ਉਸ ਤੋਂ ਹਸਬੰਡ ਤੋਂ ਬਾਅਦ ਵਾਲਾ ਬੈਕਅਪ ਜਿਹੜਾ ਹੁੰਦਾ ਹੈ ਨਾ ਉਹ ਮੈਂ ਬਹੁਤ ਫੋਰਚੂਨੇਟ ਹਾਂ ਔਰ ਆਈ ਆਲਵੇਸ ਕੋਸ਼ਿਸ਼ ਹੈ ਮੇਰੇ ਇਹੀ ਬਲੇਸਿੰਗਸ ਹੈ ਜਾਂ ਰੱਬ ਅਗੇ ਅਰਦਾਸ ਹੈ ਕਿ ਹਰ ਕੁੜੀ ਨੂੰ ਇਹੋ ਜਿਹਾ ਪਰਿਵਾਰ ਮਿਲੇ ਤਾਂ ਕਿ ਉਹਨੂੰ ਜੋ ਕਰਨਾ ਚਾਹੇ ਜਿੱਥੇ ਵੀ ਉਹ ਕਰਨਾ ਚਾਹੇ ਕਰ ਸਕੇ ਔਰ ਮੈਨੂੰ ਇਨਾ ਫ੍ਰੀडम ਮਿਲਿਆ ਮੈਂ ਬਹੁਤ ਲੇਟ ਲੇਟ ਨਾਈਟ ਵੀ ਕੰਮ ਕੀਤੇ ਆਪਣੇ ਆਪਣਾ profession ਇਦਾਂ ਦਾ ਹੈ ਆਪਣੀ ਇੰਡਸਟਰੀ ਇਦਾਂ ਦੀ ਹੈ ਜਿੱਦਾ ਕੋਈ ਟਾਈਮਿੰਗਸ ਨਹੀਂ ਹੈ ਕੰਮ ਕਰਨ ਦੇ ਕੋਈ ਲਿਮਿਟ ਨਹੀਂ ਹੈ ਰਾਤ ਦੇ 2 2 ਵਜੇ ਵੀ ਅਸੀਂ ਫ੍ਰੀ ਹੁੰਨੇ ਆ 3 ਵਜੇ ਵੀ ਫ੍ਰੀ ਹੁੰਨੇ ਆ ਤੇ ਨੇਵਰ ਆਸਕ ਮੀ ਕਿ ਤੁਸੀਂ ਇੰਨੀ ਲੇਟ ਕਿਉਂ ਆਏ ਹੋ ਕਦੋਂ ਆਏ ਔਰ ਜਦ ਕਿ ਮੇਰੇ ਕਿਡਸ ਵੀ ਸੀਗੇ ਤੇ ਉਹਨਾਂ ਨੇ ਉਹਨਾਂ ਨੇ ਇੰਨੀ ਵਧੀਆ ਤਰੀਕੇ ਨਾਲ ਉਹਨਾਂ ਨੂੰ ਮੈਨੇਜ ਕੀਤਾ ਕਿ ਉਹਨਾਂ ਨੇ ਮੇਰੇ ਬੱਚਾ ਨੂੰ ਕਦੇ ਫੀਲ ਹੀ ਨਹੀਂ ਹੁੰਦਾ ਕਿ ਮੰਮਾ ਘਰ 'ਚ ਨਹੀਂ ਹੈ ਤੇ ਯੈਸ ਮੈਂ ਅੱਜ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਔਰ ਆਈ ਆਲਵੇਸ ਵਾਂਟ ਟੂ ਥੈਂਕਸ ਟੂ ਥੈਮ ਕਿ ਦੇ ਵਰ ਵਿਦ ਮੀ ਤੇ ਮੈਂ ਆ ਜਸ ਮੁਕਾਮ ਤੇ ਹੈਗੀ ਆ थैंक। ਨਹੀਂ ਬਿਲਕੁਲ ਸਹੀ ਗੱਲ ਹੈ। ਤੁਹਾਡੇ ਦੋਨਾਂ ਦੀ ਜਦੋਂ ਗੱਲ ਹੁੰਦੀ ਹੈ ਤੇ ਓਬਵੀਅਸਲੀ ਤੁਸੀਂ ਬਹੁਤ ਅੱਛਾ ਨਾਮ ਕਮਾਇਆ ਹੈ, ਰਿਸਪੈਕਟ ਕਮਾਈ ਹੈ। ਸੋ ਇੱਕ ਦੂਜੇ ਦੇ ਸਾਥ ਨਾਲ ਹੀ ਕਮਾਈ ਹੈ। ਅੱਛਾ ਹਸਬੰਡ ਸੇ ਇੱਦਾਂ ਦੇ ਕੰਪਲੀਮੈਂਟ ਤਾਂ ਬਹੁਤ ਕਰਦੇ ਨੇ ਕਿ ਤੂੰ ਸੋਹਣੀ ਲੱਗਦੀ ਪਈ ਆ, ਇਹ ਆਊਟਫਿਟ ਤੇਰੇ ਤੇ ਬਹੁਤ ਜੱਚਦਾ ਹੈ। ਬਟ ਕਿਉਂਕਿ ਆਪਾਂ ਪ੍ਰੋਫੈਸ਼ਨਲੀ ਗੱਲ ਕਰ ਰਹੇ ਹਾਂ ਸੋ ਬਲਵਿੰਦਰ ਸਰ ਨੇ ਕਦੀ ਵੀ ਤੁਹਾਨੂੰ ਕੰਪਲੀਮੈਂਟ ਕੀਤਾ ਕਿ ਪ੍ਰਭਜੋ ਤੇ ਇਵੈਂਟ ਤਾਂ ਤੂੰ ਫਟੇ ਚਾਹਤਾ ਯਾਰ ਇਹ ਤਾਂ ਅਨਐਕਸਪੈਕਟਿਡ ਸੀ। ਇੱਦਾਂ ਮਤਲਬ ਪ੍ਰੋਫ ਨੇ ਦੇਖੋ ਕੰਮ ਅਸੀਂ ਪੂਰੀ ਕੋਸ਼ਿਸ਼ ਕਰੀਦੀ ਕਿ ਵਧੀਆ ਹੋਏ ਹਾਂ ਗਲਤੀਆਂ ਵੀ ਹੁੰਦੀਆਂ ਓਬਵੀਅਸ ਹੈ ਕਿ ਹਾਂ ਜਿੱਥੇ ਜਿੱਥੇ ਗਲਤ ਹੈ ਉਹ ਕ੍ਰਿਟੀਸਾਈਜ਼ ਵੀ ਬਹੁਤ ਵਧੀਆ ਕਰਦੇ ਆ ਤਾਂ ਕਿ ਆਪਾਂ ਨੂੰ ਇਹ ਪਤਾ ਹੋਏਗਾ ਕਿਉਂਕਿ ਬਿਕੋਜ਼ ਜਦੋਂ ਅਸੀਂ ਕੰਮ ਕਰ ਰਹੇ ਹਾਂ ਕਿ ਸਾਹਮਣੇ ਵਾਲੇ ਨੇ ਸੋਚਦੇ ٹرسٹ ਕਰਕੇ ਸਾਨੂੰ ਆਪਣੀ ਇੱਕ ਪ੍ਰੋਜੈਕਟ ਨੂੰ ਦਿੱਤਾ ਹੈਗਾ ਹੈ ਨਾ ਤੇ ਕੰਮ ਕਰਦੇ ਕਰਦੇ ਕਈ ਮੇਰੀ ਗਲਤੀਆਂ ਵੀ ਹੁੰਦੀਆਂ ਆ ਇਨਸਾਨ ਹੈਗੇ ਆ ਔਰ ਉਸ ਗਲਤੀਆਂ ਤੋਂ ਸਿੱਖਦੇ ਵੀ ਹੈਗੇ ਆ ਔਰ ਫੈਮਿਲੀ ਸਭ ਤੋਂ ਵੱਡੀ ਤੁਹਾਡੀ ਸਪੋਰਟ ਵੀ ਕਰਦੀ ਹੈ ਤੇ ਸਭ ਤੋਂ ਵੱਡੀ ਕ੍ਰਿਟੀਸਾਈਜ਼ ਵੀ ਫੈਮਿਲੀ ਹੀ ਕਰਦੀ ਸਭ ਤੋਂ ਜ਼ਿਆਦਾ ਕਿਉਂਕਿ ਬਹੁਤ ਹੀ ਰੇਅਰ ਲੋਕ ਹੁੰਦੇ ਨੇ ਜਿਹੜੇ ਤੁਹਾਡੇ ਫੇਸ ਤੇ ਆ ਕੇ ਤੁਹਾਨੂੰ ਗੱਲ ਕਰਦੇ ਆਂ ਔਰ ਆਈ ਆਲਵੇਜ਼ ਐਪਰੀਸ਼ੀਏਟ ਥੈਮ ਅਗਰ ਕੋਈ ਮੇਰੇ ਮੇਰੇ ਫੇਸ ਤੇ ਕੋਈ ਗੱਲ ਕਰੇ ਔਰ ਔਰ ਫੈਮਿਲੀ ਯੈਸ ਡੈਫੀਨੇਟਲੀ ਮੈਨੂੰ ਬਹੁਤ ਵੱਡੀ ਸਪੋਰਟ ਮੈਨੂੰ ਬਹੁਤ ਵੱਡੀ ਗਾਈਡੈਂਸ ਬਲਜਿੰਦਰ ਜੀ ਤੋਂ ਮਿਲਦੀ ਰਹਿੰਦੀ ਹੈ ਕਿ ਤੁਸੀਂ ਕੁਝ ਗਲਤ ਕਰ ਰਹੇ ਹੋ ਜਾਂ ਤੁਹਾਡੇ ਤੋਂ ਕੁਝ ਗਲਤ ਹੋ ਗਿਆ ਜਾਂ ਇਸ ਨੂੰ ਇਸ ਤਰੀਕੇ ਨਾਲ ਕਰ ਸਕਦੇ ਸੀ ਆਪਾਂ ਤੇ ਪੂਰੀ ਕੋਸ਼ਿਸ਼ ਕੀਤੀ ਹੈ ਵੈਸੇ ਵਾਹਿਗੁਰੂ ਦੀ ਕਿਰਪਾ ਰਹੀ ਹੈ ਕੁਝ ਜ਼ਿਆਦਾ ਵੱਡੇ ਮੇਜਰ ਮਿਸਟੇਕਸ ਨਹੀਂ ਹੋਈਆਂ ਬਟ ਯੈਸ ਗਲਤੀਆਂ ਤਾਂ ਹੁੰਦੀਆਂ ਹਰ ਇਨਸਾਨ ਤੋਂ ਹੁੰਦੀਆਂ ਇਸ ਵਿੱਚ ਕੋਈ ਡਾਊਟ ਨਹੀਂ ਹੈ ਦੈਟਸ ਰੀਲੀ ਗੁੱਡ ਬਟ ਮੈਂ ਜਾਨਣਾ ਚਾਹਾਂਗੀ ਕਿ ਇੰਡਸਟਰੀ ਚ ਜਦੋਂ ਆਪਾਂ ਕੰਮ ਕਰਦੇ ਆ ਸੋ ਬਹੁਤ ਸਾਰੇ ਅਲੱਗ-ਅਲੱਗ ਅਪ ਐਂਡ ਡਾਊਨਸ ਹੁੰਦੇ ਆ ਹਰਡਲਸ ਹੈ ਨਾ ਹਰ ਰਸਤੇ ਦੇ ਵਿੱਚ ਹੁੰਦੇ ਨੇ ਸੋ ਚੈਲੰਜੇਸ ਕਿੱਦਾਂ-ਕਿੱਦਾਂ ਆਉਂਦੇ ਨੇ ਪਰ ਅਬਜੋਤ ਮੈਮ ਔਰ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਹੈਂਡਲ ਕਰਦੇ ਹੋ ਮਤਲਬ ਕੋਈ ਹੈ ਇਦਾਂ ਦੀ ਮੈਮਰੀ ਵੀ ਇਨਫੈਕਟ ਮੈਮਰੀ ਬਾਰੇ ਬਾਅ ਨੇ ਦੇਖੋ ਡੈਫੀਨੇਟਲੀ ਬੀਇੰਗ ਅ ਊਮਨ ਚੈਲੰਜਡ ਤਾਂ ਹੈ ਹੀ ਹੈ ਹੈਨਾ ਅ ਕਿ ਜਿਹੜੀ ਅਸੀਂ ਇੰਡਸਟਰੀ ਵਿੱਚ ਹੈਗੇ ਆ ਉੱਥੇ ਸ਼ੋ ਬਿਜ਼ਨਸ ਹੈ ਹੈਨਾ ਐਥੇ ਤੁਸੀਂ ਜਿੰਨਾ ਜ਼ਿਆਦਾ ਸੋਸ਼ਲ ਹੈਗੇ ਹੋ ਜਿੰਨਾ ਆਬਵੀਅਸ ਥੋੜਾ ਜਿਹਾ ਪਾਰਟੀ ਗਏ ਵੀ ਹੈਗੇ ਹੋ ਤੇ ਤੁਹਾਡੇ ਰਿਲੇਸ਼ਨਸ਼ਿਪਸ ਉਨੇ ਜ਼ਿਆਦਾ ਬਿਲਡ ਅਪ ਹੁੰਦੇ ਆ ਬਟ ਮੈਨੂੰ ਦੇਖੋ ਕਦੇ-ਕਦੇ ਚੈਲੰਜ ਆਉਂਦਾ ਹੈ ਬਟ ਮੇਰੇ ਲਈ ਨਾ ਇੰਡਸਟਰੀ ਸਪੋਰਟਿਵ ਰਹੀ ਹੈ ਮੈਨੂੰ ਲਾਈਕ ਅ ਫੈਮਿਲੀ ਮੈਨੂੰ ਫੀਲ ਕਰਾਇਆ ਔਰ ਮੋਸਟ ਆਫ ਦਾ ਕੁਝ ਲੋਕ ਮੈਨੂੰ ਭਾਬੀ ਕਹਿ ਦਿੰਦੇ ਹੈ ਕਦੇ ਕੋਈ ਦੀਦੀ ਕਹਿ ਦਿੰਦਾ ਕੋਈ ਭੈਣ ਕਹਿ ਦਿੰਦਾ ਹੈ ਨਾ ਔਰ ਉਹਨਾਂ ਨੇ ਸਭਨੇ ਸਪੋਰਟ ਕੀਤਾ ਮੈਂ ਇਸ ਇਸ ਅਗਰ ਤੁਸੀਂ ਫੈਮਿਲੀ ਤੋਂ ਇਲਾਵਾ ਅਗਰ ਸਪੋਰਟ ਵਾਲੀ ਗੱਲ ਕਰੂੰਗੀ ਤਾਂ ਸਭ ਤੋਂ ਪਹਿਲਾ ਜਿਹੜੀ ਮੈਨੂੰ ਵਧੀਆ ਐਸ ਅ ਸਟੈਬਲਿਸ਼ਡਲੀ ਸਪੋਰਟ ਮਿਲੀ ਉਹ ਮੈਨੂੰ ਸਪੀਡ ਰਿਕਾਰਡਸ ਤੋਂ ਸੋਨੂ ਭਾਜੀ ਤੋਂ ਮਿਲੀ ਹੀ ਵਾਸ ਲਾਈਕ ਪੰਜੀ ਤੁਸੀਂ ਟੈਨਸ਼ਨ ਨਹੀਂ ਲੈਣੀ ਆਪਾਂ ਤੁਹਾਡੇ ਨਾਲ ਹੈ ਜਿੱਥੇ ਜੋ ਕਰੋਗੇ ਉਹ ਆਪਾਂ ਕਰਾਂਗੇ ਤੁਹਾਡੇ ਨਾਲ ਹੈ ਨਾ ਤੋ ਜਿੱਥੋਂ ਮੇਰੀ ਅਗਰ ਇਵੈਂਟਸ ਵਾਲੀ ਸ਼ੁਰੂਆਤ ਹੋਈ ਤੋ ਮੈਂ ਅਜ ਵੀ ਅੱਜ ਦੀ ਡੇਟ 'ਚ ਵੀ ਮੈਂ ਉਹਨਾਂ ਨੂੰ ਹਮੇਸ਼ਾ ਥੈਂਕਸ ਕਰੂੰਗੀ ਕਿ ਉਹਨਾਂ ਨੇ ਮੈਨੂੰ ਇੰਨਾ ਐਨਕੋਰੇਜ ਕੀਤਾ ਸੀਗਾ ਜਦੋਂ ਅਸੀਂ ਮਿਰਚੀ 뮤జిక్ ਅਵਾਰਡਸ ਕਿਤੇ ਫਸਟ ਟਾਈਮ ਕਿਤੇ ਹੀ ਆਲਵੇਸ ਟੋਲਡ ਮੀ ਕਿ ਤੁਸੀਂ ਟੈਨਸ਼ਨ ਲੈਣੀ ਅਸੀਂ ਤੁਹਾਡੇ ਨਾਲ ਹੈਗੇ ਆ ਤੁਸੀਂ ਕਰੋ ਤੋ ਉੱਥੋਂ ਮੇਰੀ ਇਵੈਂਟਸ ਵਾਲੀ ਸ਼ੁਰੂਆਤ ਹੋਈ ਔਰ ਸਪੋਰਟ ਮਿਲੀ ਹੈ ਚੈਲੰਜਸ ਆ ਟਾਲਵੇਸ ਥੇਰ ਔਰ ਰੱਬ ਵੱਲੋਂ ਕੋਸ਼ਿਸ਼ ਕਰੀ ਦੀ ਕਿ ਇਹ ਚੈਲੰਜ ਆਰਾਮ ਨਾਲ ਨਿਕਲ ਜੇ ਬਟ ਯੈਸ ਤੁਹਾਨੂੰ ਪਤਾ ਹੀ ਹੈ ਹਰ ਲਾਈਫ ਚ ਹਰ ਜਗ੍ਹਾ ਚੈਲੰਜ ਹੈ ਹੀ ਹੈ ਪ੍ਰੋਬਲਮਸ ਹੈ ਹੀ ਹੈ ਲੇਕਿਨ ਬੀਿੰਗ ਅ ਵੂਮਨ ਕੀ ਸੋਚਦੇ ਹੋ ਐਸ ਟਾਈਮ ਇੰਡਸਟਰੀ ਕਿੱਥੇ ਖੜੀ ਹੈ ਔਰ ਕਿਸ ਤਰੀਕੇ ਦੇ ਨਾਲ ਕੁੜੀਆਂ ਨੂੰ ਹੋਰ ਸਪੋਰਟ ਮਿਲਣੀ ਚਾਹੀਦੀ ਹੈ ਕਿਉਂਕਿ ਸਮਵੇਅਰ ਹਜੇ ਵੀ ਕੰਪੈਰੀਜ਼ਨ ਹੈਗਾ ਕਿ ਮੁੰਡੇ ਔਰ ਕੁੜੀ ਦੀ ਜਿਹੜੀ ਸਕਸੈਸ ਲਾਈਨ ਹੈ ਉਹ ਪੈਰਲਲ ਨਹੀਂ ਹੈਗੀ ਤੁਸੀਂ ਐਗਰੀ ਕਰਦੇ ਹੋ ਨਹੀਂ ਮੈਨੂੰ ਲੱਗਦਾ ਕਿ ਹੁਣ ਤਾਂ ਬਹੁਤ ਜ਼ਿਆਦਾ ਫਰਕ ਆ ਗਿਆ ਹੈ ਹੈਨਾ Uh, बहुत ज़्यादा ओपोरचुनिटीज़ है, है कुड़ियाँ कर रही हैं बहुत ज़्यादा अच्छा काम कर रही हैं और फीमेल ओरिएंटेड फिल्म्स बन रही हैं और इस टाइम आर्टिस्ट है कि उन्होंने अपना चूज़ करने का मौका मिल रहा है फीमेल आर्टिस्ट चूज़ करने का मौका मिल रहा है कि अपने प्रोजेक्ट करना है या नहीं करना है ठीक है नाउ दे आर चूज ही पहले इदा हों चलो प्रोजेक्ट मिल रहा है अच्छा हीरो है वह काम कर लेंगे हूँ ਹੀਰੋ ਵੀ ਡਿਮਾਂਡ ਕਰਦਾ ਹੀਰੋ ਨੇ ਵੀ ਇਹ ਦੇਖਣਾ ਹੁੰਦਾ ਕਿ ਮੇਰੇ ਨਾਲ ਮੇਰੇ ਨਾਲ ਕੋ ਆਰਟਿਸਟ ਕੌਣ ਹੈ ਉਹ ਸੋਚਦੇ ਆ ਕਿ ਅਗਰ ਕੋਈ ਇੱਕ ਐਸਾ ਆਰਟਿਸਟ ਹੈ ਐਸਾ ਨਾਮ ਹੈ ਤੇ ਮੈਂ ਉਹ ਅਗਰ ਉਹਨੂੰ ਥੋੜੇ ਨਾਲ ਕੱਟ ਵਿੱਚ ਵੀ ਕੰਮ ਕਰਨਾ ਪਵੇ ਦੇ ਆਰ ਰੈਡੀ ਟੂ ਵਰਕ ਬਿਕੋਜ਼ ਉਹਦੇ ਆਪਣਾ ਇੱਕ ਪਹਿਚਾਨ ਹੈ ਉਸ ਆਰਟਿਸਟ ਦੀ ਹੈਨਾ ਤੋ ਮੈਨੂੰ ਲੱਗਦਾ ਕਿ ਹੁਣ ਇੰਡਸਟਰੀ ਚ ਐਸਾ ਫਰਕ ਨਹੀਂ ਹੈ ਬਟ ਯੈਸ ਕੁੜੀਆਂ ਨੂੰ ਪੂਰੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਦਿਸ ਇਜ਼ ਅ ਗੁੱਡ অর ਨਾਈ ਵਧੀਆ ਇੰਡਸਟਰੀ ਹੈ ਵਧੀਆ ਓਪਰਚ्युनिटीज ਹੈ ਜੇਕਰ ਤੁਸੀਂ ਕ੍ਰੀਏਟਿਵ ਹੈਗੇ ਹੋ ਔਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹ ਕੰਮ ਕਰ ਸਕਦੇ ਹੋ ਇਦਾਂ ਜ਼ਰੂਰੀ ਨਹੀਂ ਕਿ ਐਕਟ੍ਰੈਸ ਹੀ ਬੰਨਾ ਹੈ देयर आर ਸੋ ਮੈਨੀ ਫੀਲਡਸ ਤੁਸੀਂ ਡਾਇਰੈਕਟਰ ਬਣ ਸਕਦੇ ਹੋ ਤੁਸੀਂ ਸਕ੍ਰਿਪਟ ਰਾਈਟਰ ਬਣ ਸਕਦੇ ਹੋ ਲਿਰਿਸਟ ਹੋ ਸਕਦੇ ਹੋ ਤੁਸੀਂ ਸਿੰਗਰ ਹੋ ਸਕਦੇ ਹੋ ਤੇ ਫੈਸ਼ਨ ਡਿਜ਼ਾਈਨਰ ਹੋ ਸਕਦੇ ਹੋ ਕੋਸਟਿਮ ਡਿਜ਼ਾਈਨਰ ਦੀ ਲੋੜ ਹੈ ਮੇਕਅਪ ਆਰਟਿਸਟ ਦੀ ਲੋੜ ਹੈ ਇੰਡਸਟਰੀ ਨੂੰ ਬਹੁਤ ਜ਼ਿਆਦਾ ਸਪੋਰਟ ਮਿਲਦੀ ਹੈ ਇੰਡਸਟਰੀ ਨੂੰ ਮੈਨੂੰ ਨਹੀਂ ਲੱਗਦਾ ਕਿ ਮੈਂ ਹਲੇ ਤੱਕ ਕੋਈ ਹਜੇ ਕੋਈ ਬੈਡ ਕੋਈ ਹੈਜੀ ਸੁਣੀ ਹੈ ਕੋਈ ਵੀ ਇਦਾਂ ਦਾ ਇਨਸੀਡੈਂਟ ਹੋਇਆ ਹੋਇਆ ਕੁਝ ਹੋਇਆ ਕਿ ਜਿਹਦੇ ਵਿੱਚ ਕਿਸੇ ਕੁੜੀ ਨੂੰ ਕੋਈ ਇਦਾਂ ਦੀ ਪ੍ਰੋਬਲਮ ਆਈ ਹੋਵੇ ਬਾਕੀ ਯੈਸ ਚੈਲੰਜ ਕੁੜੀਆਂ ਲਈ ਆਲਵੇਸ देयर ਹੈਨਾ ਔਰ ਤੁਸੀਂ ਇਹ ਆਪਣੇ ਸੈਲਫ ਕੌਨਫੀਡੈਂਸ ਨੂੰ ਰੱਖ ਕੇ ਤੁਸੀਂ ਉਸ ਚੀਜ਼ ਨੂੰ ਨਿਕਲ ਸਕਦੇ ਹੋ ਸਿਰਫ ਔਰ ਸਿਰਫ ਆਪਣੇ ਉੱਤੇ ਕੌਨਫੀਡੈਂਸ ਰੱਖਣਾ ਉਸ ਤੋਂ ਬਾਅਦ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਸੇ ਵੀ ਚੀਜ਼ ਦੀ ਬਹੁਤ ਅੱਛਾ ਮੈਸੇਜ ਦਿੱਤਾ ਇਹਨਾਂ ਨੇ ਬਹੁਤ ਅੱਛਾ ਮੈਸੇਜ ਦਿੱਤਾ ਇਹਨਾਂ ਨੇ ਇਹਨਾਂ ਦੇ ਇਸ ਇਸ ਗੱਲ ਦੇ ਨਾਲ ਹੀ ਪਰ ਮੈਂ ਜਾਨਣਾ ਚਾਹਾਂਗੀ ਕਿ ਐਕਚੁਅਲ 'ਚ ਅਸੀਂ ਜਿਹੜੀ ਪ੍ਰਬਜੋਤ मैम ਨੂੰ ਅਸੀਂ ਦੇਖਦੇ ਆ ਉਹ ਆਲਵੇਜ਼ ਰੈਡੀ ਟੂ ਵਰਕ એનਰਜੈਟਿਕ ਯੂ نو ਦਿਮਾਗ 'ਚ ਚੱਲ ਰਹੀਆਂ ਚੀਜ਼ਾਂ ਹੋ ਰਹੀਆਂ ਨੇ ਬਟ ਐਕਚੁਅਲ 'ਚ ਪ੍ਰਬਜੋਤ मैम ਦਾ ਸੁਭਾਅ ਕਿਹੋ ਜਿਹਾ ਹੈ ਕਿਹੋ ਜਿਹਾ ਨਹੀਂ ਮਤਲਬ ਜਦੋਂ ਅਸੀਂ ਇਹਨਾਂ ਨੂੰ ਦੇਹੀ-ਦੇਹੀ ਦੇਖਦੇ ਨਹੀਂ ਦੇਖਦੇ ਆ ਉਦੋਂ ਮੈਂ ਮੈਨੂੰ ਬਹੁਤ ਕਿਉਰਿਓਸਿਟੀ ਹੈ ਜਾਣਨ ਦੀ ਮੈਂ ਬਹੁਤ ਨਾਟੀ ਹੈ ਉਹ ਮੈਂ ਹੁਣੇ ਦੇਖਿਆ ਥੋੜੀ ਦੇਰ ਪਹਿਲਾਂ ਮੈਂ ਬਹੁਤ ਨਾਟੀ ਹੈ ਔਰ ਮੈਨੂੰ ਸ਼ਾਮ ਤੱਕ ਬਹੁਤ ਮਜ਼ਾ ਆਉਂਦਾ ਹੈ ਔਰ ਆਈ ਵਾਂਟ ਟੂ ਬੀ ਕੇਟ ਔਰ ਮੈਨੂੰ ਬੱਚਿਆਂ ਨਾਲ ਮਜ਼ਾਕ ਕਰਨਾ ਉਹਨਾਂ ਨਾਲ ਫਨ ਕਰਨਾ ਔਰ ਯੰਗਸਟਰਸ ਨਾਲ ਰਹਿਣਾ ਉਹਨਾਂ ਦੀ ਲਾਈਫ ਉਹ ਕੀ ਸੋਚਦੇ ਆ ਹੈਨਾ ਉਹ ਕਿਦਾਂ ਦੇ ਵਾਟ ਦੇ ਵਾਂਟ ਟੂ ਡੂ ਹੈਨਾ ਔਰ ਮੈਨੂੰ ਖੁਦ ਲੱਗਦਾ ਹੈ ਕਿ ਰੱਬ ਉਹਨਾਂ ਦੁਬਾਰਾ ਟੀਨੇਜ ਦੇ ਦੇ ਮੈਂ ਜਿਹੜੀ ਹੁਣ ਉਹ ਲਾਈਫ ਜੀ ਰਹੀ ਐ ਨਾ ਮੈਂ ਉਹ ਦੁਬਾਰਾ ਕਰੀਏ ਕਿਉਂਕਿ ਬਿਕੋਜ਼ ਕਈ ਚੀਜ਼ਾਂ ਐਸੀ ਹੁੰਦੀਆਂ ਕਿ ਤੈਨੂੰ ਮਤਲਬ ਆ ਪਪਾ ਲੋ ਕਹਿ ਦਿੰਦੇ ਨੇ ਕਿ ਆ ਆਪਣੀ ਜਨਰੇਸ਼ਨ بگੜ ਗਈ ਹੈ بگੜ ਗਈ ਹੈ ਬਸ ਇਟਸ ਓਕੇ ਦੇ ਆ ਇੰਜੋਇੰਗ ਇਹ ਉਹਨਾਂ ਦੀ ਏਜ ਹੈ ਅਗਰ ਉਹ ਇਸ ਟਾਈਮ ਨਹੀਂ ਇੰਜੋਏ ਕਰਨਗੇ ਫਿਰ ਸਾਡੀ ਏਜ ਚਾ ਕੇ ਫਿਰ ਕੀ ਇੰਜੋਏ ਕਰਨਗੇ ਫਿਰ ਉਹ ਦੁਬਾਰਾ ਕਰਨਗੇ ਸਾਨੂੰ ਟੀਨ ਏਜ ਵਾਪਸ ਚਾਹੀਦੀ ਹੈ ਤੇ ਬੈਟਰ ਹੈ ਕਿ ಲೆਟ देम ਇੰਜੋਏ ਬਟ ਯੈਸ ਉਹਨਾਂ ਨੂੰ ਟਾਈਮ ਟੂ ਟਾਈਮ ਗਾਈਡੈਂਸ ਦਿੱਤੀ ਜਾਏ ਤੇ ਮੈਨੂੰ ਖੁਦ ਨੂੰ ਲੱਗਦਾ ਹੈ ਕਿ ਬੰਦਾ ਹਮੇਸ਼ਾ ਯੰਗ ਰਹਿੰਦਾ ਹੈ ਔਰ ਹਮੇਸ਼ਾ ਉਹਦੇ ਅੰਦਰ ਇੱਕਦਾ ਬੱਚਾ ਜਿਹੜਾ ਵੀ ਹੈਗਾ ਨਾ ਲਾਈਫ ਚ ਉਹਨੂੰ ਹਮੇਸ਼ਾ ਲਾਈਵ ਜਿੰਦਾ ਰੱਖਣਾ ਚਾਹੀਦਾ ਉਹਨੂੰ ਕਦੇ ਵੀ ਇਹ ਨਹੀਂ ਕਰਨਾ ਚਾਹੀਦਾ ਤੂੰ ਵੱਡਾ ਹੋ ਗਿਆ ਹਮੇਸ਼ਾ ਬੱਚੇ ਨੂੰ ਬੱਚਾ ਹੀ ਰਹਿਣ ਦੇਣਾ ਚਾਹੀਦਾ ਔਰ ਖੂਬ ਸਾਰਾ ਮਜ਼ਾ ਕਰਨਾ ਚਾਹੀਦਾ ਔਰ ਮੈਂ ਬਹੁਤ ਮਜ਼ਾ ਕਰਦੀ ਆਂ ਕੀ ਬਾਤ ਹੈ ਤੁਹਾਨੂੰ ਦੇਖ ਕੇ ਵੀ ਲੱਗਦਾ ਤੁਸੀਂ ਬਹੁਤ ਹੀ ਮਤਲਬ ਜ਼ਿੰਦਗੀ ਨੂੰ ਜਿਉਣ ਵਾਲਿਆਂ ਚੋਂ ਸੋ ਆਪਾਂ ਕਹਿ ਸਕਦੇ ਆਂ ਕਿ ਅ ਲੇਡੀ ਵਿਦ ਅ ਫੁੱਲ ਆਫ ਟੈਲੈਂਟ ਐਂਡ ਮੈਚਿਓਰਿਟੀ ਵਿਦ ਦਿਲ ਤੋਂ ਬੱਚਾ ਹੀ ਹੈ ਹੈਨਾ ਟਾਈਪ ਓਕੇ ਸੋ ਸਾਰ ਕੋਈ ਇਸ ਟਾਈਮ ਇੰਡਸਟਰੀ ਦੀ ਗ੍ਰੋਥ ਚ ਆ ਰਿਹਾ ਹਰ ਕੋਈ ਆਪਣੀ ਆਪਣੀ ਕੌਂਟਰੀਬਿਊਸ਼ਨ ਪਾ ਰਿਹਾ ਤੁਸੀਂ ਜਿੰਨਾ ਕਿ ਇੰਡਸਟਰੀ ਨੂੰ ਇਸ ਟਾਈਮ ਸਮਝ ਰਹੇ ਹੋ ਕੰਮ ਕਰ ਰਹੇ ਹੋ ਕੀ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਕੀ ਪਲੈਨਿੰਗਸ ਨੇ ਕੀ ਕੀ ਸੋਚਦੇ ਹੋ ਕਿ ਇਹ ਕੰਮ ਇਸ ਤਰੀਕੇ ਨਾਲ ਹੋਣਾ ਚਾਹੀਦਾ ਇੰਡਸਟਰੀ ਨੂੰ ਹੋ ਲਈ ਮੈਨੂੰ ਲੱਗਦਾ ਹੈ ਕਿ ਯੈਸ ਫੀਮੇਲਸ ਨੂੰ ਜਿਆਦਾ ਜਿਆਦਾ ਆਗਿਆਨਾ ਚਾਹੀਦਾ ਹੈਗਾ ਔਰ ਤਾਂਕੀ ਉਹ ਨਾਰੇ ਬੰਦਿਸ਼ ਨਾਰੇ اچھا ਇਹ ਇਹ ਆ ਤਾਂ ਔਖਾ ਕੁੜੀਆਂ ਲੇਡੀਜ਼ ਲਈ ਕਰਨਾ ਹੈ ਨਾ ਬਿਕੋਜ਼ ਮੈਨੂੰ ਜਿਵੇਂ ਓਬਵੀਅਸ ਹੈ ਕਿ ਬਹੁਤ ਸਾਰੀ ਲੇਡੀਜ਼ ਹੁਣ ਡਾਇਰੈਕਸ਼ਨ ਚ ਵੀ ਆ ਰਹੀਆਂ ਹੈ ਹਨਾ ਤੇ ਜਿਆਦਾ ਜਿਆਦਾ ਡਾਇਰੈਕਸ਼ਨ ਜਾਣਾ ਜ਼ਰੂਰੀ ਹੈ ਜਿਆਦਾ ਜਿਆਦਾ ਹੋਲਡ ਕਰਨਾ ਚਾਹੀਦਾ ਪ੍ਰੋਜੈਕਟਸ ਨੂੰ ਔਰ ਯੈਸ ਬਹੁਤ سارے ਹੁਣ ਐਗਜ਼ੈਪਲਸ ਕ੍ਰੀਏਟ ਹੋ ਚੁਕੇ ਆ ਕਰ ਵੀ ਰਹੇ ਆ ਸਾਰੇ ਕੰਮ ਤੇ ਬੇ ਬਿੰਦਾਸ ਬਿਨਾ ਚੀਜਕ ਦੇ 셀ਫ ਕੌਨਫੀਡੈਂਸ ਨਾਲ ਆਪਣੀ ਇੰਡਸਟਰੀ ਚ ਆਓ ਦੇ ਆਰ ਵੈਰੀ ਗੁੱਡ ਫਿਲਮ ਇੰਡਸਟਰੀਜ਼ ਮਤਲਬ ਲਾਈਕ ਆਪਣੀ ਜਿਹੜੀ ਫਿਲਮ ਟੀਵੀ ਔਰ ਮੀਡੀਆ ਲਾਈਨ ਇਜ਼ ਮਤਲਬ ਇਦਾਂ ਦਾ ਕੁਝ ਨਹੀਂ ਹੈ ਜਿਹਦੇ ਤੁਹਾਨੂੰ ਕਿਸੇ ਵੀ ਤਰੀਕੇ ਦੇ ਸਟ्रेस ਦੀ ਲੋੜ ਹੈ ਪੇਰੈਂਟਸ ਨੂੰ ਇਹ ਚੀਜ਼ ਨੂੰ ਸਮਝਣਾ ਚਾਹੀਦਾ ਔਰ ਬਹੁਤ achhi opportunities ਹੈ ਸਿਰਫ ਔਰ ਸਿਰਫ ਤੁਸੀਂ ਹੂੰ ਫੇਰ ਦੁਬਾਰਾ ਮੈਂ ਇਹ ਬੋਲੂਗੀ ਬੀਇੰਗ ਅ ਫੀਮੇਲ ਬੀਇੰਗ ਅ ਲੇਡੀ ਤੁਸੀਂ ਅਗਰ ਆਪਣੇ ਨਾਲ ਆਪਣੇ ਆਪ ਤੇ ਕੌਨਫੀਡੈਂਸ ਰੱਖਦੇ ਹੋ ਔਰ ਤਨੂੰ ਪਤਾ ਹੈ ਕਿ ਵਾਟ ਇਜ਼ ਰਾਈਟ ਵਾਟ ਇਜ਼ ਰੋਂਗ ਤੇ ਕੋਈ ਲੋੜ ਨਹੀਂ ਡਰਨ ਦੀ ਔਰ ਇੰਡਸਟਰੀ ਤਨੂੰ ਹਮੇਸ਼ਾ ਵੈਲਕਮ ਕਰੇਗੀ ਬਾਓ ਤੁਹਾਡੀਆਂ ਗੱਲਾਂ ਬਹੁਤ ਬੂਸਟ ਅਪ ਕਰਨ ਵਾਲੀਆਂ ਨੇ ਔਰ ਜਿਨ੍ਹਾਂ ਨੂੰ ਵੀ ਅੱਗੇ ਕਦੀ ਵੀ ਕੁਝ ਐਦਾਂ ਦੀ ਕਾਉਂਸਲਿੰਗ ਦੀ ਜਾਂ ਗਾਈਡੈਂਸ ਦੀ ਜ਼ਰੂਰਤ ਪੈਂਦੀ ਹੈ ਪ੍ਰਭਜੋਤ ਮੈਮ ਇਜ਼ देयर ਐਂਡ ਇਹਦੀ ਤਾਂ ਇਵੈਂਟ ਕੰਪਨੀ ਦਾ ਨਾਮ ਹੀ ਐਨਾ ਖੂਬਸੂਰਤ ਹੈ ਪਰਿੰਦੇ ਯਾਨੀ ਕਿ ਇੱਥੇ ਤੁਹਾਨੂੰ ਉੱਡਣ ਦੇ ਲਈ ਤੁਹਾਡੇ ਸੁਪਨਿਆਂ ਨੂੰ ਉਡਾਨ ਦੇ ਲਈ ਵਿੰਗਸ ਮਿਲ ਰਹੇ ਨੇ ਸੋ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਐਂਡ ਮੈਨੂੰ ਲੱਗਦਾ ਹੈ ਕਿ ਇਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਤੁਹਾਨੂੰ ਵੀ ਜ਼ਰੂਰ ਕਿਤੇ ਨਾ ਕਿਤੇ ਤੁਹਾਡੀ ਸਵਾਲਾਂ ਦਾ ਜਵਾਬ ਬਣੀਆਂ ਹੋਣਗੀਆਂ ਐਂਡ ਆਮ ਸ਼ੋਰ ਇਹਨਾਂ ਦੇ ਗੱਲਾਂ ਦੇ ਵਿੱਚ ਜਿਹੜੇ ਮੈਸੇजेस ਸੀ ਕਿਤਾ ਆਮ ਸ਼ੋਰ ਤੁਹਾਨੂੰ ਵੀ ਉਹਨਾ ਹੀ ਖੁਸ਼ਕੀਤਾ ਹੋਏਗਾ ਸੋ ਪਲੀਜ਼ ਹਰ ਇੱਕ ਚੀਜ਼ ਨੂੰ ਆਪਣੀ ਲਾਈਫ ਦੇ ਵਿੱਚ ਆਪਣੀ ਸਿਚੁਏਸ਼ਨਸ ਦੇ ਅਕੋਰਡਿੰਗ ਇੰਪਲੀਮੈਂਟ ਕਰੋ ਬੀ ਇੰਡੀਪੈਂਡੈਂਟ ਐਂਡ ਕੀਪ ਗਰੋਇੰਗ